ਕਫਲ ਮਸੀਹ ਸੀ ਲੱਗਦੇ ਭਰਾ ਸੀ ਛੋਟਾ ਸੂਚਨਾ ਮਿਲੀ ਤੁਹਾਨੂੰ ਨਹੀਂ ਸ਼ਾਮੀ ਫੋਨ ਆਇਆ ਕਿ ਕੁਛ ਹੋ ਗਿਆ ਇੱਦਾਂ ਕਰਕੇ ਔਰ ਪਤਾ ਲੱਗੂਗਾ ਜਦੋਂ ਆਉਂਗੇ ਫਿਰ ਹੀ ਕੁਛ ਪਤਾ ਲੱਗੂ ਸਿੱਕਮ ਆਸਾਮ ਸਿੱਕਮ ਆਸਾਮ ਸਭ ਤੋਂ ਚੇਰੀ ਤੁਹਾਨੂੰ ਕਿੰਨਾ ਦਾ ਫੋਨ ਆਇਆ ਜੇ ਸੀ ਉਹ ਸਭ ਮੈਨੂੰ ਕਹਿਣ ਡੇ ਆਪਣੇ ਵੱਡੀ ਕਹਿੰਦੇ ਆਪਣੀ ਦੁਕਾਨ ਵੱਡੀ ਕਰ ਮੈਂ ਤੈਨੂੰ ਪੈਸੇ ਪਾਉਂਦਾ ਡਿਊਟੀ ਕਰਦੇ ਉਹ ਕਹਿ ਰਹੇ ਹੁਣ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ ਮੈਂ ਇੱਧਰ ਆ ਜਾਣਾ ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ ਕੱਲ ਉਹ ਦੀਦੀ ਦਾ ਫੋਨ ਆਇਆ ਵਾ ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇੱਦਾਂ ਕਰਕੇ ਹੋ ਗਿਆ ਵਾ ਸਾਡੀ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਦੱਸਾਂ ਵੀ ਆਪਾਂ ਗੱਡੀ 'ਚ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੋਵੇਂ ਕਿੱਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਵੱਲੋਂ ਫਿਰ ਅਸੀਂ ਕਨਫਰਮ ਜਦੋਂ ਭਾਜੀ ਹੁਣਾਂ ਨੂੰ ਫੋਨ ਕੀਤਾ ਸਾਰਿਆਂ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਹੀ ਕੱਲ੍ਹ ਦੌੜੇ ਆਏ ਅਸੀਂ ਕੱਲ੍ਹ ਰਾਤ ਦੇ ਸਾਰੇ ਇੱਥੇ ਹੀ ਹਾਂ ਅਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਸਾਡੀ ਜਿਹੜੀ ਭਨੇਵੀਂ ਉਹਨੂੰ ਦੰਦਰ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਬੀ ਪੀ ਘੱਟ ਗਿਆ ਸਾਰਾ ਉਹਨੂੰ ਰਾਤੀ ਹਸਪਤਾਲ 11 ਵਜੇ ਭਾਜੀ ਬਾਈਬਲ ਨੇ ਖੜਿਆ ਫਿਰ ਅਸੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਰੋਂਦੀ ਆਉਂਦੀ ਸੀ ਉਹਨੂੰ ਵੀ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਡਰਦੇ ਲਿਆਉਣੀ ਡੇ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਅੱਤ ਖੁਦਾ ਦਾ ਵੈਰ ਇੱਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ